ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਬਾਣੀ ਸਿੱਖਿਆ ਦੀ 18ਵੀਂ ਕਿਸ਼ਤ ਵਿੱਚ ਸਾਰਿਆਂ ਦਾ ਨਿੱਘਾ ਸਵਾਗਤ ਹੈ ਇਸ ਵੀਡੀਓ ਵਿੱਚ ਅਸੀਂ ਦੋ ਸ਼ਬਦ ਸਰਦ ਅਤੇ ਸਰਦ ਦੀ ਵਿਚਾਰ ਕਰਾਂਗੇ ਆਓ ਦੇਖੀਏ ਇਹਨਾਂ ਦੋਨਾਂ ਸ਼ਬਦਾਂ ਦੇ ਕੀ ਕੀ ਮਤਲਬ ਹਨ ਸਰਦ ਦਾ ਅਰਥ ਹੈ ਠੰਡਾ ਸ਼ੀਤਲ ਅਤੇ ਅਸੂਕਤਕ ਦੀ ਰੁੱਤ ਤੇ ਸਰਦ ਦਾ ਅਰਥ ਹੈ ਸ਼ਰਦਾ ਅਰਥਾਤ ਸਰਸਵਤੀ ਦੇਵੀ ਆਓ ਹੁਣ ਗੁਰਬਾਣੀ ਵਿੱਚੋਂ ਇਹਨਾਂ ਦੇ ਉਦਾਹਰਣਾਂ ਸਾਂਝੇ ਕਰੀਏ ਚੰਦਨ ਚੰਦਨਾ ਸਰਦ ਰੁੱਤ ਮੂਲਨਾ ਮਿਟਈ ਕਾਮ ਸੀਤਲ ਥੀਵੇ ਨਾਨਕਾ ਜਪੰਦੜੋ ਹਰਨਾਮ ਘਾਮ ਦਾ ਅਰਥ ਹੈ ਤਪਸ਼ ਗਰਮੀ ਗੁਰੂ ਸਾਹਿਬ ਸਮਝਾਉਂਦੇ ਹਨ ਬੇਸ਼ੱਕ ਚੰਦਨ ਦਾ ਲੇਪ ਕਰ ਲਿਆ ਜਾਵੇ ਜਾਂ ਚੰਦਰਮਾ ਦੀ ਚਾਨਣੀ ਹੋਵੇ ਤੇ ਜਾਂ ਠੰਡ ਦੀ ਰੁੱਤ ਹੋਵੇ ਇਹਨਾਂ ਤਿੰਨਾਂ ਦੇ ਨਾਲ ਮੂਲ ਨਾਂ ਬਿਲਕੁਲ ਵੀ ਨਹੀਂ ਮਿਟਦੀ ਕੀ ਮਨ ਦੀ ਅਗਨ ਮਨ ਦੀ ਤਪਸ਼ ਮਨ ਦੀ ਅੱਗ ਇਹਨਾਂ ਚੀਜ਼ਾਂ ਨਾਲ ਨਹੀਂ ਮਿਟਦੀ ਔਰ ਹੈ ਨਾਨਕ ਸੀਤਲ ਥੀਵੇ ਨਾਨਕਾ ਜਪੰਧੜੋ ਹਰਨਾਮ ਜਦੋਂ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਉਦੋਂ ਹੀ ਇਸ ਤਪਦੇ ਹੋਏ ਮਨ ਨੂੰ ਸੀਤਲਤਾ ਮਿਲਦੀ ਹੈ ਠੰਡਕ ਮਿਲਦੀ ਹੈ ਸ਼ਾਂਤੀ ਪ੍ਰਾਪਤ ਹੁੰਦੀ ਹੈ ਅਰਥਾਤ ਬਾਹਰਲੀ ਅਗ ਲਈ ਅਸੀਂ ਏਸੀ ਵਰਤਦੇ ਆਂ ਅਤੇ ਹੋਰ ਸਾਧਨ ਵਰਤਦੇ ਆ ਪਰ ਮਨ ਵਿੱਚ ਜਿਹੜੀ ਨਫ਼ਰਤ ਦੀ ਈਰਖਾ ਦੀ ਤ੍ਰਿਸ਼ਨਾ ਦੀ ਅੱਗ ਹੈ ਉਸ ਨੂੰ 부ਜਾਉਣ ਦਾ ਇੱਕੋ ਹੀ ਸਾਧਨ ਹੈ ਉਹ ਹੈ ਕਿ ਮਨੁੱਖ ਗੁਰਬਾਣੀ ਪੜ੍ਹ ਕੇ ਗੁਰਬਾਣੀ ਵਿਚਾਰ ਕੇ ਪਰਮਾਤਮਾ ਦੇ ਨਾਮ ਦੇ ਸਿਮਰਨ ਵਿੱਚ ਆਪਣੇ ਆਪ ਨੂੰ ਲਾਵੇ ਵ੍ਰੁੱਤ ਸਰਦ ਅਡੰਬਰੋ ਅਸੂ ਕਤਕੇ ਹਰ ਪਿਆਸ ਜਿਓ ਖੋਜੰਤੀ ਦਰਸ਼ਨ ਫਿਰਤ ਕਬ ਮਿਲੀ ਹੈ ਗੁਣਤਾਸ ਜੀਓ ਬਿਨ ਕੰਤ ਪਿਆਰੇ ਨਹਿ ਸੁਖ ਸਾਰੇ ਹਾਰ ਕੰਗਣ ਤ੍ਰਿਗ ਬਨਾ ਸੁੰਦਰ ਸੁਜਾਨ ਚਤੁਰ ਬੇਤੀ ਸਾਸ ਬਿਨ ਜੈਸੇ ਤਨਾ ਗੁਣਤਾਸ ਦਾ ਅਰਥ ਹੈ ਗੁਨਾ ਦਾ ਖਜ਼ਾਨਾ ਕੰਤ ਦਾ ਅਰਥ ਹੈ ਪਤੀ ਸੁਖ ਸਾਰੇ ਦਾ ਅਰਥ ਹੈ ਉਸ ਸੁਖ ਦੇ ਮੁੱਲ ਨੂੰ ਪਛਾਨਣਾ ਬਨਾ ਦਾ ਅਰਥ ਹੈ ਬਨਾਵਟ ਬਣੇ ਹੋਏ 베ਤੀ ਦਾ ਅਰਥ ਹੈ ਵਿਦਿਆਵਤੀ ਅਰਥਾਤ ਵਿਦਵਾਨ ਤਨਾ ਦਾ ਅਰਥ ਹੈ ਤਨ ਸਰੀਰ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਅੱਸੂ ਕੱਤਕ ਦੇ ਮਹੀਨਿਆਂ ਵਿੱਚ ਸਰਦੀ ਦੀ ਰੁੱਤ ਮਿੱਠੀ-ਮਿੱਠੀ ਰੁੱਤ ਅਡੰਬਰੋ ਉੱਪਰਲੇ ਤੌਰ ਤੇ ਸ਼ੁਰੂ ਹੁੰਦੀ ਹੈ ਦੱਸਦੀ ਹੈ ਕਿ ਮੈਂ ਆ ਰਹੀ ਹਾਂ ਅਰਥਾਤ ਆਰੰਭ ਹੁੰਦੀ ਹੈ ਤੇ ਇਹਨਾਂ ਦਿਨਾਂ ਵਿੱਚ ਹੀ ਕਿਸੇ ਵੀ ਪਤਨੀ ਦੇ ਮਨ ਵਿੱਚ ਆਪਣੇ ਪਤੀ ਦੇ ਮਿਲਾਪ ਦੀ ਪਿਆਸ ਪੈਦਾ ਹੁੰਦੀ ਹੈ ਇਸੇ ਤਰ੍ਹਾਂ ਹਰੀ ਜਨਾਂ ਵਿੱਚ ਵੀ ਪਰਮਾਤਮਾ ਦੇ ਮਿਲਾਪ ਦੀ ਪਿਆਸ ਪੈਦਾ ਹੁੰਦੀ ਹੈ ਤੇ ਜਿਹੜੇ ਭਾਗਾਂ ਵਾਲਿਆਂ ਦੇ ਮਨ ਵਿੱਚ ਇਸ ਬਿਰੋ ਦੀ ਅਵਸਥਾ ਦਾ ਅਹਿਸਾਸ ਹੁੰਦਾ ਹੈ ਉਹ ਫਿਰ ਪਰਮਾਤਮਾ ਦੇ ਦਰਸ਼ਨ ਲਈ ਪਾਲ ਕਰਦੇ ਹਨ ਉਦਮ ਕਰਦੇ ਹਨ ਅਤੇ ਇਸ ਗੱਲ ਦੀ ਤਾਂਗ ਕਰਦੇ ਹਨ ਕਿ ਉਹ ਗੁਨਾ ਦਾ ਖਜ਼ਾਨਾ ਕਦੋਂ ਉਹਨਾਂ ਨੂੰ ਮਿਲੇ ਹੈ ਮੇਰੀ ਸਖੀਏ ਬਿਨ ਕੰਤ ਪਿਆਰੇ ਨਹਿ ਸੁਖ ਸਾਰੇ ਜਦੋਂ ਤਾਈ ਮਨੁਖ ਆਪਣੇ ਪਤੀ ਪਰਮੇਸ਼ਵਰ ਪਿਆਰੇ ਨੂੰ ਨਹੀਂ ਮਿਲਦਾ ਤਦੋਂ ਤਾਈ ਉਸ ਮਿਲਾਪ ਦੇ ਸੁਖ ਦੀ ਕਦਰ ਨਹੀਂ ਪੈਂਦੀ ਤੇ ਤਦੋਂ ਤਾਈ ਇਹ ਹਾਰ ਕੰਗਣ ਵਰਗੇ ਸ਼ਿੰਗਾਰ ਜੋ ਬਣਾਏ ਜਾਂਦੇ ਹਨ ਇਹ ਸਾਰੇ ਤ੍ਰਿਗ ਜਾਪਦੇ ਹਨ ਵਿਅਰਥ ਜਾਪਦੇ ਹਨ हे ਸਖੀ ਜੀਵ ਸਤਰੀ ਭਾਵੇਂ ਕਿੰਨੀ ਵੀ ਸੋਹਣੀ ਕਿਉ ਨਾ ਹੋਵੇ ਸੁਜਾਨ ਸਿਆਣੀ ਕਿਉਂ ਨਾ ਹੋਵੇ ਚਤੁਰ ਕਿਉਂ ਨਾ ਹੋਵੇ ਵਿਦਿਆਵਤੀ ਅਰਥਾਤ ਪੜ੍ਹੀ ਲਿਖੀ ਕਿਉਂ ਨਾ ਹੋਵੇ ਪਰ ਜੇਕਰ ਉਸ ਦਾ ਮਿਲਾਪ ਪਤੀ ਪਰਮਾਤਮਾ ਨਾਲ ਨਹੀਂ ਹੁੰਦਾ ਤੇ ਉਹਦੀ ਹਾਲਤ ਇਸ ਤਰ੍ਹਾਂ ਹੀ ਹੈ ਜਿਵੇਂ ਸਾਹਸ ਬਿਨ ਜੈਸੇ ਤਨਾ ਜਿਵੇਂ ਸਰੀਰ ਤੇ ਹੈ ਪਰ ਉਹਦੇ ਵਿੱਚ ਸਵਾਸ ਨਹੀਂ ਹਨ ਅਰਥਾਤ ਉੱਪਰਲੇ ਦਿਖਾਵੇ ਉੱਪਰਲੇ ਅਡੰਬਰ ਉੱਪਰਲੇ ਧਾਰਮਿਕ ਦਿਖਾਵੇ ਇਹਨਾਂ ਦਾ ਕੋਈ ਲਾਭ ਨਹੀਂ ਜਦੋਂ ਤੱਕ ਹਿਰਦੇ ਵਿੱਚ ਪਰਮਾਤਮਾ ਦਾ ਸਿਮਰਨ ਪਰਮਾਤਮਾ ਦਾ ਪਿਆਰ ਪਰਮਾਤਮਾ ਦੇ ਗੁਣ ਨਾਮ ਵਸਾਏ ਜਾਣ ਆਓ ਹੁਣ ਜਿਹੜਾ ਅਗਲਾ ਸ਼ਬਦ ਹੈ ਸਰਦ ਉਹਦੀ ਵਿਚਾਰ ਕਰੀਏ ਪ੍ਰਭ ਬੇਅੰਤ ਗੁਰਮਤ ਕੋ ਪਾਵੇਂ ਗੁਰ ਕੈ ਸ਼ਬਦ ਮਨ ਕੋ ਸਮਝਾਵੇਂ ਸਤਿਗੁਰ ਕੀ ਬਾਣੀ ਸਤ ਸਤ ਕਰ ਮੰਨੋ ਇਉਂ ਆਤਮ ਰਾਮੈ ਲੀਨਾ ਹੈ ਨਾਰਦ ਸਰਦ ਸੇਵਕ ਤੇਰੇ ਤ੍ਰਿ ਭਵਨ ਸੇਵਕ ਵੱਡੋ ਵਢੇਰੇ ਸਭ ਤੇਰੀ ਕੁਦਰਤ ਤੂੰ ਸਿਰਸਿਰ ਦਾਤਾ ਸਭ ਤੇਰੋ ਕਾਰਣ ਕੀਨਾ ਹੈ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਉਹ ਵਾਹਿਗੁਰੂ ਬਯੰਤ ਹੈ ਬਯੰਤ ਗੁਣਾ ਵਾਲਾ ਹੈ ਕੋਈ ਵੱਡੇ ਭਾਗਾਂ ਵਾਲੇ ਗੁਰੂ ਦੀ ਮਤ ਨੂੰ ਗ੍ਰਹਿਣ ਕਰਕੇ ਉਸ ਬਯੰਤ ਪ੍ਰਭੂ ਦੇ ਨਾਲ ਸਾਂਝ ਪਾਉਂਦੇ ਹਨ ਤੇ ਉਹ ਗੁਰੂ ਦੇ ਸ਼ਬਦ ਦੇ ਰਾਹੀ ਆਪਣੇ ਮਨ ਨਾਲ ਜੂਝਦੇ ਹਨ ਮਨ ਨੂੰ ਸਮਝਾਉਂਦੇ ਹਨ ਅਰਥਾਤ ਮਨ ਨੂੰ ਮਾੜੇ ਪਾਸਿਓਂ ਜਾਣ ਲਈ ਵਰਜਦੇ ਹਨ हे ਭਾਈ ਸਤਗੁਰੂ ਦੀ ਬਾਣੀ ਨੂੰ ਸਤ ਸਤ ਕਰਕੇ ਮੰਨੋ ਅਰਥਾਤ ਇਹ ਤੇ 100% ਦੀ 100% ਪੂਰਨ ਸ਼ਰਧਾ ਲੈ ਕੇ ਆਓ ਇਉਂ ਆਤਮ ਰਾਮ ਵਿੱਚ ਲੀਨਾ ਹੈ ਤੇ ਇਸ ਤਰ੍ਹਾਂ 100% ਦੀ ਸਤਗੁਰੂ ਦੀ ਬਾਣੀ ਉੱਤੇ ਸ਼ਰਧਾ ਲਿਆ ਆ ਆਤਮ ਰਾਮ ਵਿੱਚ ਲੀਨ ਹੋ ਜਾਈਦਾ ਹੈ ਆਤਮ ਰੀਮ ਆਤਮ ਰਾਮ ਦਾ ਅਰਥ ਹੈ ਉਹ ਰਾਮ ਜੋ ਸਾਰੀਆਂ ਆਤਮਾਵਾਂ ਵਿੱਚ ਵਿਆਪਕ ਹੈ ਅਰਥਾਤ ਸਰਬ ਵਿਆਪਕ ਰਾਮ ਵਿੱਚ ਲੀਨ ਹੋ ਜਾਈਦਾ ਹੈ। हे ਮੇਰੇ ਵਾਹਿਗੁਰੂ ਤੂੰ ਕਿੰਨਾ ਵੱਡਾ ਹੈ ਤੂੰ ਕਿੰਨਾ ਬਯੰਤ ਹੈ ਕਿ ਨਾਰਦ ਵਰਗੇ ॠषि मुनि ਅਤੇ ਸਰਦ सरस्वती ਵਰਗੀਆਂ ਦੇਵੀ-ਦੇਵਤੇ ਦੇਵੀਆਂ ਵੀ ਤੇਰੇ ਦਰ ਦੇ ਸੇਵਕ ਹਨ। ਇੱਕ ਨਾਰਦ ਨਹੀਂ ਕਿੰਨੇ ਹੀ ਨਾਰਦ ਇੱਕ ਸਰਦ ਨਹੀਂ ਕਿੰਨੇ ਹੀ ਸਰਦ ਅਰਥਾਤ ਕਿੰਨੇ ਹੀ ਨਾਰਦ ਵਰਗੇ ॠषि मुनि ਅਤੇ ਕਿੰਨੀਆਂ ਹੀ ਸਰਸwati ਵਰਗੀ ਦੇਵੀਆਂ ਤੇਰੇ ਦਰ ਦੀਆਂ ਸੇਵਕ ਹਨ ਤ੍ਰਿਪਵਨ ਸੇਵਕ ਵੱਡੋ-ਵਡੇਰੇ ਇਹ ਤਿੰਨ ਪਵਨਾਵਾਂ ਵਾਲਾ ਸਾਰਾ ਜਗਤ ਵਿੱਚ ਭਾਵੇਂ ਕੋਈ ਕਿੰਨਾ ਵੀ ਵੱਡਾ ਹੋਵੇ ਵੱਡੇ ਤੋਂ ਵੱਡਾ ਕਿਉਂ ਨਾ ਹੋਵੇ ਉਹ ਤੇਰੇ ਦਰ ਦਾ ਮੰਗਤਾ ਹੈ ਤੇਰੇ ਦਰ ਦਾ ਸੇਵਕ ਹੈ ਸਭ ਤੇਰੀ ਕੁਦਰਤ ਤੂੰ ਸਿਰਸਿਰ ਦਾਤਾ ਇਹ ਵਾਹਿਗੁਰੂ ਇਹ ਸਾਰੀ ਰਚਨਾ ਤੇਰੀ ਬਣਾਈ ਹੋਈ ਹੈ ਅਤੇ ਤੂੰ ਹੀ ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਹੈ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ ਸਭ ਤੇਰਾ ਹੀ ਕਾਰਣ ਤੀਨਾ ਹੈ ਇਹ ਸਾਰੀ ਰਚਨਾ ਇਹ ਸਾਰਾ ਤਮਾਸ਼ਾ ਇਹ ਸਾਰੀ ਖੇਡ ਤੇਰੀ ਆਪਣੀ ਹੀ ਬਣਾਈ ਹੋਈ ਹੈ। ਨਾਰਦ ਸਰਦ ਕਰੇ ਖਵਾਸੀ। ਪਾਸ ਬੈਠੀ ਬੀਬੀ ਕਵਲਾ ਦਾਸੀ। ਕੰਠੇ ਮਾਲਾ ਜਿਹਾ ਰਾਮ ਸਹਸਨਾਮ ਲੈ ਲੈ ਕਰੂੰ ਸਲਾਮ। ਨਾਰਦ ਦਾ ਅਰਥ ਹੈ ਨਾਰਦ 무ਨੀ ਸਰਦ ਦਾ ਅਰਥ ਹੈ ਸਸਵਤੀ ਦੇਵੀ ਖਵਾਸੀ ਦਾ ਅਰਥ ਹੈ ਸੇਵਾ ਨੌਕਰੀ। ਕਵਲਾ ਦਾ ਅਰਥ ਹੈ ਲక్ష్ਮੀ ਲక్ష్ਮੀ ਦੇਵੀ ਕੰਠੇ ਦਾ ਅਰਥ ਹੈ ਕੰਠ ਅਰਥ ਗਲਾ ਜੀਵਾ ਦਾ ਅਰਥ ਹੈ ਰਸਨਾ ਜ਼ੁਬਾਨ ਸੰਸ ਦਾ ਅਰਥ ਹੈ ਹਜ਼ਾਰ ਭਗਤ ਕਬੀਰ ਜੀ ਇਸ ਬਾਣੀ ਵਿੱਚ ਪੰਕਤੀ ਵਿੱਚ ਫਰਮਾਉਂਦੇ ਹਨ ਕਿ ਹੈ ਵਾਇਗਰੂ ਕੀ ਨਰਦ ਤੇ ਕੀ ਸਰਸਵਤੀ ਦੇਵੀ ਐ ਤੇਰੇ ਦਰ ਤੇ ਤੇਰੀ ਸੇਵਾ ਵਿੱਚ ਜੁਟੇ ਹੋਏ ਹਨ ਅਰਥਾਤ ਐ ਤੇਰੇ ਸ਼ਾਹੀ ਨੌਕਰ ਹਨ ਪਾਸ ਬੈਠੀ ਬੀਬੀ ਕਵਲਾਦਾਸ ਜੀ ਤੇ ਲక్ష్ਮੀ ਦੇਵੀ ਵੀ ਤੇਰੇ ਚਰਨਾਂ ਵਿੱਚ ਤੇਰੇ ਕੋਲ ਦਾਸੀ ਬਣ ਕੇ ਤੇਰੀ ਸੇਵਾ ਵਿੱਚ ਲੱਗੀ ਹੋਈ ਹੈ ਤੇਰੇ ਕੋਲ ਬੈਠੀ ਹੋਈ ਹੈ ਮੇਰੀ ਰਸਨਾ ਤੇ ਉਸ ਪਰਮਾਤਮਾ ਦਾ ਨਾਮ ਹਰ ਵੇਲੇ ਰਹਿੰਦਾ ਹੈ ਮੇਰੇ ਵਾਸਤੇ ਇਹੀ ਗਲੇ ਵਿੱਚ ਪਾਈ ਹੋਈ ਮਾਲਾ ਹੈ ਗਲੇ 'ਚ ਪਾਈ ਹੋਇਆ ਸਿਮਰਨਾ ਹੈ ਸਹਸ ਨਾਮ ਲੈ ਲੈ ਕਰੂੰ ਸਲਾਮ ਮੈਂ ਉਸ ਵਾਹਿਗੁਰੂ ਜਿਸ ਦੇ ਹਜ਼ਾਰਾਂ ਹੀ ਗੁਣ ਹਨ ਉਹਦੇ ਹਜ਼ਾਰਾਂ ਨਾਮ ਲੈ ਲੈ ਕੇ ਉਸ ਨੂੰ ਸਦਾ ਨਮਸਕਾਰ ਕਰਦਾ ਹਾਂ ਸੋ ਪਿਆਰੇ ਦਰਸ਼ਕੋ ਐਸੀ ਵਿਚਾਰ ਸਰਦ ਅਤੇ ਸਰਦ ਦੀ ਆਸ ਕਰਦਾ ਇਸ ਵੀਡੀਓ ਰਾਹੀਂ ਤੁਸੀਂ ਜ਼ਰੂਰ ਕੁਛ ਨਾ ਕੁਛ ਗੁਰਬਾਣੀ ਦੇ ਗਿਆਨ ਬਾਰੇ ਇਲਾਹਾ ਪ੍ਰਾਪਤ ਕੀਤਾ ਹੋਵੇਗਾ ਆਪ ਜੀ ਆਪਣੇ ਕੀਮਤੀ ਵਿਚਾਰ ਕਮੈਂਟ ਸੈਕਸ਼ਨ ਵਿੱਚ ਲਿਖ ਕੇ ਜ਼ਰੂਰ ਦੱਸਣਾ ਜੀ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ